बोले सो नर भय सतगुरु रविदास महाराज की जय। परम सत्कारयोग गुरु साध संगत जी, आप जी नू ये जान के खुशी होगी कि हर साल की तरह इस साल भी जो बेगल परिवार वालों संत बाबा प्रीतम दास मेमोरियल चैरिटेबल हॉस्पिटल विखे अखां दा फ्री कैंप लगाया जाता है, धन धन गुरु नानक पातशाह जी के आगमन नू समर्पित बेगल परिवार वालों 13 तरीक दिन ऐतवार सवेरे 10 बजे एक कैंप लगाया जाएगा, जिस विच सारी तरह मेडिकल करके और बहुत ही वधिया तरीके दे नाल माहर डॉक्टरां दे उना दे ट्रीटमेंट जो नेत्रा नेत्र प्रकाश किया गुरुदेव, रोगी का प्रभु खंडो रोग दुखी का मटावो प्रभु सोग अरदास करके महा डॉक्टर वालों अखां दा मुआयना किया जाएगा और मेडिकल करके फ्री लेंस पाए जाएंगे बिना टांके तो लेजर दे नाल ये सारा ट्रीटमेंट किया जाएगा। सो सारिया संगतां नूं बेनती है जिहड़े लोड़वंद मरीज आ जिन्हां नूं लोड़ आ अखां करके जिहड़े परेशान आ ਉਹ ਇਸ ਕੈਂਪ ਦੇ ਵਿੱਚ ਲਾਭ ਉਠਾਉਣਗੇ ਔਰ ਉਹਨਾਂ ਨੂੰ ਬੇਨਤੀ ਆ ਕਿ ਸਭ ਤੋਂ ਪਹਿਲੇ ਆ ਕੇ ਸਾਨੂੰ ਇਹ ਸੇਵਾ ਬਖਸ਼ੀ ਕਰੋ। ਸਾਡੀ ਟੀਮ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਦੀ ਸਾਰੀ ਟੀਮ ਔਰ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਸਾਰੇ ਸੇਵਾਦਾਰ ਔਰ ਡਾਕਟਰ ਸਾਹਿਬਾਨ ਔਰ ਬੇਗਲ ਪਰਿਵਾਰ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਇਸ ਵਿੱਚ ਭਾਗ ਲੈ ਰਹੀਆਂ ਔਰ ਸ਼ਾਮਿਲ ਹੋ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਆ। ਸੋ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਹੈ ਕਿ 13 ਤਰੀਕ ਦਿਨ ਐਤਵਾਰ 13 ਨਵੰਬਰ ਦਿਨ ਐਤਵਾਰ ਸਵੇਰੇ 10 ਵਜੇ ਕੈਂਪ ਦੀ ਸ਼ੁਰੂਆਤ ਹੋਏਗੀ। ਸੋ ਸਾਰੀਆਂ ਸੰਗਤਾਂ ਇਸ ਕੈਂਪ ਦਾ ਲਾਭ ਉਠਾਉਣ। ਇਸ ਵਿੱਚ ਸਾਰਾ ਕੁਛ ਮਾਲਕ ਦੀ ਕਿਰਪਾ ਦੇ ਨਾਲ, ਇੱਕ ਪੈਸਾ ਵੀ ਕਿਸੇ ਦਾ ਨਹੀਂ ਲੱਗੇਗਾ। ਤੋ ਸਾਰੀਆਂ ਸੰਗਤਾਂ ਨੂੰ ਇਹ ਜਿਹੜੇ ਲੋੜਵੰਦ ਮਰੀਜ਼ ਆ ਉਹਨਾਂ ਨੂੰ ਬੇਨਤੀ ਆ ਕਿ ਪਹੁੰਚ ਕੇ ਇਸ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਸੋ ਅਸੀਂ ਜਨਤਕ TV ਦੇ ਬਹੁਤ ਹੀ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਆਭਾਰੀ ਵੀ ਹਾਂ ਕਿ ਜਿਨ੍ਹਾਂ ਦੇ ਦੁਆਰਾ ਆਪ ਜੀ ਨੂੰ ਇਹ ਮੈਸੇਜ ਆ ਰਿਹਾ, ਜਿੱਥੇ ਦੇਸ਼ ਵਿਦੇਸ਼ ਵੀ ਇਹ ਸੰਗਤਾਂ ਦੇਖ ਰਹੀਆਂ ਉਹ ਇਸ ਕੈਂਪ ਦੇ ਵਿੱਚ ਜ਼ਰੂਰ ਆ ਕੇ ਲਾਭ ਉਠਾਉਣ। ਸੋ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਆ, ਬੇਗਲ ਪਰਿਵਾਰ ਵੱਲੋਂ ਔਰ ਸੰਤ ਬਾਬਾ ਪ੍ਰੀਤਮ ਦਾਸ ਡੇਰੇ ਵੱਲੋਂ ਜਿਤਨੇ ਵੀ ਸੇਵਾਦਾਰ ਆ ਸਾਰਿਆਂ ਵੱਲੋਂ ਆਪ ਜੀ ਨੂੰ ਬੇਨਤੀ ਆ, ਸਾਰਿਆਂ ਦਾ ਧੰਨਵਾਦ। ਅਤੇ ਗੁਰੂ ਪਾਤਸ਼ਾਹ ਕਿਰਪਾ ਕਰੇ, ਸਾਨੂੰ ਪੂਰੀ ਉਮੀਦ ਆ ਕਿ ਤੁਸੀਂ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓਗੇ। ਧੰਨਵਾਦ, ਬਹੁਤ ਬਹੁਤ ਧੰਨਵਾਦ। ਅਸੀਂ ਜਨਤਕ TV ਦੇ ਬਹੁਤ ਦੁਆਰਾ ਫਿਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੁਆਰਾ ਤੁਹਾਨੂੰ ਇਹ ਮੈਸੇਜ ਆ ਰਿਹਾ। ਥੈਂਕ ਯੂ। ਧੰਨ ਗੁਰਦੇਵ, ਧੰਨ ਗੁਰੂ ਰਵਿਦਾਸ, ਧੰਨ ਸੰਤ ਬਾਬਾ ਪ੍ਰੀਤਮ ਦਾਸ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਛ ਹੋ ਰਿਹਾ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਧੰਨਵਾਦ ਜੀ।